ਸਤਿ ਸ਼੍ਰੀ ਅਕਾਲ ਜੀ। ਅੰਗਰੇਜ਼ਾਂ ਦੇ ਕੋਲੋਂ ਆਖਰੀ ਲੜਾਈ ਹਾਰਨ ਤੋਂ ਬਾਅਦ ਸੰਨ 1849 ਈਸਵੀ ਨੂੰ ਪੰਜਾਬ ਬ੍ਰਿਟਿਸ਼ ਸਾਮਰਾਜ ਦੇ ਪੂਰੀ ਤਰ੍ਹਾਂ ਕਬਜ਼ੇ ਹੇਠ ਆ ਗਿਆ। ਇਸ ਦੇ ਨਾਲ ਨਾਲ ਹੀ ਸਿੱਖਾਂ ਦੇ ਵਿੱਚ ਜਿਹੜਾ ਧਾਰਮਿਕ ਵੇਸਲਾਪਨ ਸੀ ਉਹ ਪੂਰੀ ਤਰ੍ਹਾਂ ਭਾਰੂ ਹੋ ਗਿਆ। ਸਿੱਖ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਗਏ। ਇੱਥੋਂ ਤੱਕ ਕਿ ਮਹਾਰਾਜਾ ਦਲੀਪ ਸਿੰਘ ਨੂੰ ਵੀ ਲੰਡਨ ਲਿਜਾ ਕੇ ਈਸਾਈ ਬਣਾ ਦਿੱਤਾ ਗਿਆ। 1857 ਤੋਂ ਬਾਅਦ ਬਾਬਾ ਰਾਮ ਸਿੰਘ ਨੇ ਕੂਕਾ ਲਹਿਰ ਚਲਾਈ ਜਿਸ ਨੂੰ ਸਰਕਾਰ ਨੇ ਸਖਤੀ ਦੇ ਨਾਲ ਦੱਬ ਦਿੱਤਾ, ਪਰ ਇਹ ਲਹਿਰ ਜਾਂਦੇ ਜਾਂਦੇ ਸਿੰਘ ਸਭਾ ਲਹਿਰ ਨੂੰ ਜਨਮ ਦੇ ਗਈ। ਇੱਥੇ ਨਹੀਂ, ਉਸਨੇ ਆਪਣੀ ਕਈ ਸਾਲਾਂ ਦੀ ਮਿਹਨਤ ਦੇ ਨਾਲ ਇੱਕ ਅਜਿਹਾ ਗ੍ਰੰਥ, ਇੱਕ ਅਜਿਹਾ ਕੋਸ਼ ਤਿਆਰ ਕੀਤਾ ਜਿਸ ਨੂੰ ਅਸੀਂ ਸਿੱਖ ਇਨਸਾਈਕਲੋਪੀਡੀਆ ਕਹਿੰਦੇ ਹਾਂ। ਜੀ ਹਾਂ, ਅੱਜ ਅਸੀਂ ਗੱਲ ਕਰਾਂਗੇ ਭਾਈ ਕਾਨ ਸਿੰਘ ਨਾਭਾ ਦੇ ਬਾਰੇ। ਕਿਹਾ ਜਾਂਦਾ ਹੈ ਨਾਭੇ ਨੂੰ ਭਾਰਤ 'ਚ ਹੀ ਨਹੀਂ ਬਲਕਿ ਵਿਸ਼ਵ ਵਿੱਚ ਪ੍ਰਸਿੱਧ ਕਰਨ ਵਾਲੇ ਦੋ ਹੀ ਵਿਅਕਤੀ ਹੋਏ ਹਨ, ਇੱਕ ਮਹਾਰਾਜਾ ਰਿਪੂ ਦੇਵਨ ਸਿੰਘ ਨਾਭਾ ਔਰ ਦੂਸਰੇ ਭਾਈ ਕਾਨ ਸਿੰਘ ਨਾਭਾ। ਭਾਈ ਕਾਨ ਸਿੰਘ ਨਾਭਾ ਦਾ ਜਨਮ 30 ਅਗਸਤ 1861 ਈਸਵੀ ਨੂੰ ਪਟਿਆਲਾ ਰਿਆਸਤ ਵਿਖੇ ਪੈਂਦੇ ਪਿੰਡ ਸਬਜ ਬਨੇਰਾ ਵਿਖੇ ਭਾਈ ਨਾਰਾਇਣ ਸਿੰਘ ਤੇ ਮਾਤਾ ਹਰਕੌਰ ਦੀ ਕੁੱਖੋਂ ਹੋਇਆ। ਅਕਸਰ ਕਿਹਾ ਜਾਂਦਾ ਹੈ ਕਿ ਹੋਣਹਾਰ ਵਿਰਵਾਨ ਕੇ ਹੋਤੇ ਚਿਕਨੇ ਪਾਤ, ਇਹ ਗੱਲ ਭਾਈ ਕਾਨ ਸਿੰਘ ਨਾਭਾ ਤੇ ਪੂਰੀ ਤਰ੍ਹਾਂ ਢੁਕਦੀ ਸੀ। 6 ਸਾਲ ਦੀ ਉਮਰ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਨੇ ਆਪਣੀ ਪਿਤਾ ਦੀ ਨਿਗਰਾਨੀ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਿਆ। 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਪੂਰੀ ਤਰ੍ਹਾਂ ਸੰਸਕ੍ਰਿਤ ਸਿੱਖ ਲਈ ਅਤੇ ਨਾਲ ਨਾਲ ਆਪਣੇ ਸਮੇਂ ਦੇ ਮਹਾਨ ਸੰਗੀਤਕਾਰ ਗੱਜਾ ਸਿੰਘ ਦੇ ਕੋਲੋਂ ਸੰਗੀਤ ਸਿੱਖਿਆ ਵੀ ਪ੍ਰਾਪਤ ਕੀਤੀ। ਜਦ 20 ਦੇ ਵਿੱਚ ਪੈਰ ਧਰਿਆ ਤਾਂ ਮਨ ਦੇ ਵਿੱਚ ਅੰਗਰੇਜ਼ੀ ਅਤੇ ਫਾਰਸੀ ਪੜ੍ਹਨ ਦੀ ਇੱਛਾ ਜਾਗੀ। ਭਾਈ ਕਾਨ ਸਿੰਘ ਨਾਭਾ ਨੇ ਦਿੱਲੀ ਜਾ ਕੇ 2 ਤੋਂ 3 ਸਾਲ ਇਹਨਾਂ ਭਾਸ਼ਾਵਾਂ ਦਾ ਅਧਿਐਨ ਕੀਤਾ। ਦਿੱਲੀਓਂ ਸਿੱਧਾ ਲਾਹੌਰ ਜਾ ਕੇ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਲ ਮਿਲ ਕੇ ਕਾਫੀ ਰਚਨਾਵਾਂ ਰਚੀਆਂ। ਅਗਰ ਭਾਈ ਸਾਹਿਬ ਦੀ ਕਾਬਲੀਅਤ ਦੀ ਗੱਲ ਕੀਤੀ ਜਾਵੇ ਤਾਂ ਆਪ ਨੇ 1896 ਵਿੱਚ ਨਾਭੇ ਦੇ ਡਿਪਟੀ ਕਮਿਸ਼ਨਰ, 1911 ਦੇ ਵਿੱਚ ਵਿਦੇਸ਼ ਮੰਤਰੀ, 1912 ਦੇ ਵਿੱਚ ਹਾਈ ਕੋਰਟ ਦੇ ਜੱਜ, 1915 ਤੋਂ 1917 ਦੇ ਵਿੱਚ ਪਟਿਆਲਾ ਰਿਆਸਤ ਵਿਖੇ ਕਾਫੀ ਵੱਡੇ ਅਹੁਦਿਆਂ ਤੇ ਕੰਮ ਕੀਤਾ। ਇੱਥੇ ਇੱਕ ਗੱਲ ਬੜੀ ਇੰਟਰਸਟਿੰਗ ਹੈ ਕਿ ਭਾਈ ਸਾਹਿਬ ਆਪਣੀ ਜ਼ਿੰਦਗੀ ਵਿੱਚ ਕਿਤੇ ਵੀ ਸਕੂਲ ਨਹੀਂ ਗਏ, ਉਹਨਾਂ ਨੇ ਇਹ ਸਾਰਾ ਕੁਝ ਆਪ ਹੀ ਪੜ੍ਹਨਾ ਅਤੇ ਲਿਖਣਾ ਸਿੱਖਿਆ। ਕਹਿੰਦੇ ਕਿ ਭਾਈ ਕਾਨ ਸਿੰਘ ਨਾਭਾ ਦੀ ਜਿਹੜੀ ਸ਼ਖਸੀਅਤ ਸੀ ਉਹ ਬੜੀ ਮਿਲਣਸਾਰ ਸੀ। 1885 ਈਸਵੀ ਦੇ ਵਿੱਚ ਮੁਕਲਫ ਨਾਮ ਦੇ ਲੇਖਕ ਦੇ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਜੋ ਕਿ ਤਾ ਉਮਰ ਦੋਸਤੀ ਦੇ ਵਿੱਚ ਬਦਲ ਜਾਂਦੀ ਹੈ। ਮੁਕਲਫ ਉਸ ਸਮੇਂ ਅਰਲੀ ਸਿੱਖ ਹਿਸਟਰੀ ਬਾਰੇ ਕਿਤਾਬ ਲਿਖ ਰਿਹਾ ਸੀ। ਭਾਈ ਸਾਹਿਬ ਨੇ ਮੁਕਲਫ ਦੀ ਉਸਦੇ ਕਾਰਜ ਦੇ ਵਿੱਚ ਬਹੁਤ ਸਾਰੀ ਸਹਾਇਤਾ ਕੀਤੀ। ਜਦੋਂ ਕਲੈਡਨ ਪ੍ਰੈਸ ਨੇ ਬੁੱਕ ਰਿਲੀਜ਼ ਕੀਤੀ ਤਾਂ ਸ਼ੁਕਰਾਨੇ ਦੇ ਵਜੋਂ ਬੁੱਕ ਦੇ ਸਾਰੇ ਕਾਪੀਰਾਈਟ ਭਾਈ ਸਾਹਿਬ ਦੇ ਨਾਮ ਕਰ ਦਿੱਤੇ। ਅਗਰ ਭਾਈ ਸਾਹਿਬ ਦੀਆਂ ਰਚਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਰਚਨਾਵਾਂ ਜੀ ਸੋ ਸਿੰਘ ਸਭਾ ਲਹਿਰ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਲਿਖੀਆਂ। ਸਭ ਤੋਂ ਪਹਿਲੀ ਰਚਨਾ ਰਾਜ ਧਰਮ ਸੀ ਜੋ ਮਹਾਰਾਜਾ ਹੀਰਾ ਸਿੰਘ ਨੇ ਉਹਨਾਂ ਦੇ ਕੋਲੋਂ ਲਿਖਵਾਈ ਸੀ। ਫਿਰ 1898 ਈਸਵੀ ਦੇ ਵਿੱਚ ਗੁਰਮਤਿ ਪ੍ਰਭਾਕਰ ਤੇ ਗੁਰਮੁਖ ਸੁਧਾਕਰ ਨਾਮ ਦੀਆਂ ਕਿਤਾਬਾਂ ਲਿਖੀਆਂ। ਗੁਰਮਤਿ ਪ੍ਰਭਾਕਰ ਵਿੱਚ ਅੱਖਰ ਕਰਮ ਅਨੁਸਾਰ ਗੁਰਬਾਣੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਇਕੱਠੇ ਕਰਨ ਦਾ ਯਤਨ ਕੀਤਾ ਗਿਆ। ਇਸ ਕਿਤਾਬ ਦਾ ਮੁੱਖ ਮੰਤਵ ਸਿੱਖਾਂ ਨੂੰ ਧਰਮ ਦੀ ਅਸਲੀਅਤ ਤੋਂ ਜਾਣੂ ਕਰਵਾਉਣਾ ਸੀ, ਜਦਕਿ ਗੁਰਮਤਿ ਸੁਧਾਕਰ ਦਾ ਮੰਤਵ ਸਿੱਖਾਂ ਨੂੰ ਸਹੀ ਸੇਧ ਦੇਣਾ ਸੀ। ਇਸ ਕਿਤਾਬ ਦੇ ਵਿੱਚ ਉਹਨਾਂ ਸਾਰੇ ਵਹਿਮਾਂ ਭਰਮਾਂ ਦਾ ਜ਼ੋਰਦਾਰ ਖੰਡਨ ਕੀਤਾ ਗਿਆ ਜੋ ਗੁਰਮਤਿ ਦੇ ਉਲਟ ਸਨ। ਇਸੇ ਸਾਲ ਉਹਨਾਂ ਨੇ ਇੱਕ ਹੋਰ ਪ੍ਰਸਿੱਧ ਕਿਤਾਬ ਦੀ ਰਚਨਾ ਕੀਤੀ ਜਿਹਦਾ ਨਾਮ ਸੀ ਹਮ ਹਿੰਦੂ ਨਹੀਂ। ਇਸ ਵਿੱਚ ਸਿੱਖਾਂ ਦੇ ਹਿੰਦੂ ਹੋਣ ਦਾ ਵਿਚਾਰਾਂ ਦੇ ਨਾਲ ਖੰਡਨ ਕੀਤਾ ਗਿਆ। ਇਸ ਕਿਤਾਬ ਦੇ ਵਿੱਚ ਇੱਕ ਹਿੰਦੂ ਅਤੇ ਇੱਕ ਸਿੱਖ ਦੇ ਵਿਚਕਾਰ ਚਰਚਾ ਹੁੰਦੀ ਦਿਖਾਈ ਗਈ ਹੈ। ਹਿੰਦੂ ਦਾ ਜੋ ਸ਼ੰਕਾ ਹੈ ਉਸਨੂੰ ਸਿੱਖ ਦੇ ਰੂਪ ਵਿੱਚ ਜੋ ਲੇਖਕ ਹੈ ਉਸਨੂੰ ਦੂਰ ਕਰਦਾ ਹੈ। ਆਪਣੀ ਗੱਲ ਨੂੰ ਠੋਸ ਤਰੀਕੇ ਦੇ ਨਾਲ ਰੱਖਣ ਦੇ ਲਈ ਇਸ ਵਿੱਚ ਕੁਰਬਾਨੀ ਅਤੇ ਭਗਤਾਂ ਦੀ ਬਾਣੀ ਦੀਆਂ ਤੁੱਕਾਂ ਵੀ ਲਈਆਂ ਗਈਆਂ ਹਨ। ਇਸ ਕਿਤਾਬ ਦਾ ਸਿੱਧਾ ਸਿੱਧਾ ਮਨੋਰਥ ਸੀ ਸਿੱਖੀ ਦੇ ਵਿੱਚ ਵਾਧਾ ਕਰਨਾ। ਬੇਲੋੜੇ ਵਿਵਾਦ ਤੋਂ ਬਚਣ ਦੇ ਲਈ ਇਸ ਕਿਤਾਬ ਉੱਤੇ ਕਾਨ ਸਿੰਘ ਨਾਭਾ ਨੇ ਆਪਣਾ ਨਾਮ ਤੱਕ ਨਹੀਂ ਸੀ ਛੁਪਵਾਇਆ, ਪਰ ਫਿਰ ਵੀ ਇਸ ਕਿਤਾਬ ਦਾ ਕਾਫੀ ਵਿਰੋਧ ਹੋਇਆ। ਉਹਨਾਂ ਨੂੰ ਕੁਛ ਦੇਰ ਦੇ ਲਈ ਨੌਕਰੀ ਤੋਂ ਬਾਹਰ ਵੀ ਰੱਖਿਆ ਗਿਆ, ਪਰ ਜਦ ਕਾਨੂੰਨਦਾਨਾਂ ਦੀ ਦਲੀਲ ਸੁਣੀ ਤਾਂ ਉਹ ਭਾਈ ਕਾਨ ਸਿੰਘ ਨਾਭਾ ਦੇ ਪੱਖ ਵਿੱਚ ਗਈ। ਭਾਈ ਸਾਹਿਬ ਦੀਆਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਸਨ ਜਿਵੇਂ ਗੁਰਸ਼ਾਂਦੀ ਵਾਕਰ, ਗੁਰਸ਼ਬਦ ਅਲੰਕਾਰ, ਰੂਪ ਦੀ ਪਿਗਲ, ਗੁਰਮਤਿ ਮਾਰਤੰਡ, ਗੁਰਮਹਿਮਾ ਸੰਗ੍ਰਹਿ, ਅਨੇਕਾ ਕਾਰਤ ਕੋਸ਼, ਨਾਮਮਾਲਾ ਕੋਸ਼। ਪਰ ਇੱਕ ਕਿਤਾਬ ਜਿਸਨੇ ਭਾਈ ਸਾਹਿਬ ਦੀ ਕਾਬਲੀਅਤ ਦਾ ਕੱਦ ਸਿੱਖ ਇਤਿਹਾਸ ਵਿੱਚ ਹੋਰ ਵੀ ਉੱਚਾ ਕਰਤਾ, ਉਸਦਾ ਨਾਮ ਸੀ ਗੁਰਸ਼ਬਦ ਰਤਨਾਕਾਰ ਮਹਾਨ ਕੋਸ਼।
इस किताब नू सिख धर्म अते साहित्य इनसाइक्लोपीडिया भी कहा जाता है। इस किताब नू कान सिंह नाभा ने ब्रिटेनिका इनसाइक्लोपीडिया तो प्रभावित होकर लिखना शुरू किया। वैसे तो इस किताब नू तैयार करन नू 13 to 14 साल लगे, पर जेकर इसकी खोज छपाई ਅਤੇ ਸੰਕਲਨ ਤੱਕ ਦਾ ਸਮਾਂ ਵੀ ਵੇਖਿਆ ਜਾਵੇ ਤਾਂ ਇਸ ਮਹਾਨ ਕੋਸ਼ ਨੂੰ ਤਿਆਰ ਹੋਣ ਨੂੰ ਕੁੱਲ 28 ਵਰਿਆਂ ਦਾ ਸਮਾਂ ਲੱਗਾ। ਇਸ ਮਹਾਨ ਕੋਸ਼ ਦੇ ਵਿੱਚ ਸਿੱਖ ਸਾਹਿਤ ਇਤਿਹਾਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਤਿਹਾਸਿਕ ਕਥਾਵਾਂ ਵੀ ਸੰਖੇਪ ਦੇ ਨਾਲ ਦੱਸੀਆਂ ਗਈਆਂ ਹਨ ਅਤੇ ਗੁਰਦੁਆਰਿਆਂ ਦਾ ਪੂਰਾ ਪਤਾ ਅਤੇ ਇਤਿਹਾਸ ਦੱਸਿਆ ਗਿਆ ਹੈ। ਦੂਜੇ ਧਰਮਾਂ ਬਾਰੇ ਵੀ ਵਿਸ਼ਾਲ ਅਤੇ ਭਰਪੂਰ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਹਰ ਵਰਗ ਜਾਂ ਖੇਤਰ ਜਿਵੇਂ ਭੂਗੋਲ, ਬਨਸਪਤੀ ਸਾਇੰਸ ਅਤੇ ਜੋਤਿਸ਼ ਸਾਇੰਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਹਰ ਸ਼ਬਦ ਦੇ ਮੂਲ ਰਚਨਾਵਾਂ ਦਾ ਹਵਾਲਾ ਦਿੱਤਾ ਗਿਆ ਹੈ। ਇਸ ਕਿਤਾਬ ਦੇ ਵਿੱਚ ਛੰਦਾਂ, ਅਲੰਕਾਰਾਂ ਤੋਂ ਇਲਾਵਾ ਸੰਸਕ੍ਰਿਤ, ਅਰਬੀ, ਫਾਰਸੀ ਸ਼ਬਦਾਂ ਦੇ ਅਰਥ ਹੀ ਨਹੀਂ ਬਲਕਿ ਉਸਦੇ ਸਹੀ ਉਚਾਰਨ ਬਾਰੇ ਵੀ ਗੁਰਮੁਖੀ ਵਿੱਚ ਲਿਖਿਆ ਗਿਆ ਹੈ। ਇਸ ਕਿਤਾਬ ਨੂੰ ਬਹੁਤ ਹੀ ਕ੍ਰਮਵਾਰ ਤਰੀਕੇ ਅਨੁਸਾਰ ਤਿਆਰ ਕੀਤਾ ਗਿਆ ਹੈ। ਸਾਰੇ ਸ਼ਬਦ ਅੱਖਰ ਅਤੇ ਮਾਤਰਾ ਅਨੁਸਾਰ ਹੀ ਦਰਜ ਕੀਤੇ ਗਏ ਹਨ। ਇਸ ਕਿਤਾਬ ਵਿੱਚ ਜਿੱਥੇ ਜਿੱਥੇ ਲੋੜ ਪਈ ਉਸ ਥਾਂ ਉੱਤੇ ਨਕਸ਼ੇ ਅਤੇ ਤਸਵੀਰਾਂ ਵੀ ਲਗਾਈਆਂ ਗਈਆਂ ਹਨ। ਇਸ ਕਿਤਾਬ ਵਿੱਚ ਜਿਹੜੇ ਸ਼ਬਦਾਂ ਦਾ ਉਚਾਰਨ ਗਲਤ ਪ੍ਰਚਲਿਤ ਹੋਇਆ ਸੀ ਉਸਨੂੰ ਸਹੀ ਸ਼ਬਦਾਂ ਦੇ ਅੱਗੇ ਲਿਖਿਆ ਗਿਆ ਹੈ ਤਾਂ ਜੋ ਪਾਠਕ ਇਸਦਾ ਗਲਤ ਅਰਥ ਨਾ ਕੱਢ ਲੈਣ। ਇਹ ਮਹਾਨ ਕੋਸ਼ 64,263 ਮਿਥਿਹਾਸਿਕ ਇਤਿਹਾਸਿਕ ਕਲਾਤਮਕ ਨਾਵਾਂ ਦਾ ਪੂਰਾ ਵਿਸਥਾਰ ਦੇ ਨਾਲ ਅਰਥ ਦਿੰਦਾ ਹੈ। ਇੱਕ ਗੱਲ ਇੱਥੇ ਦਿਮਾਗ ਵਿੱਚ ਇਹ ਵੀ ਆਉਂਦੀ ਹੈ ਕਿ ਇਸ ਮਹਾਨ ਕੋਸ਼ ਦੇ ਸ਼ਬਦਾਂ ਦਾ ਸੋਰਸ ਕੀ ਸੀ। ਤਾਂ ਮਹਾਨ ਕੋਸ਼ ਦਾ ਸ਼ਬਦ ਭੰਡਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਨਾਨਕ ਪ੍ਰਕਾਸ਼, ਰਹਿਤਨਾਮਾ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਜੀ ਦੀਆਂ ਰਚਨਾਵਾਂ, ਸਰਬਲੋ, ਗੁਰਸੋਭਾ, ਗੁਰਬਿਲਾਸ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਜਨਮ ਸਾਖੀ ਭਾਈ ਬਾਲਾ ਜੀ ਅਤੇ ਗੋਸਟਾਂ ਵਿੱਚੋਂ ਲਿਆ ਗਿਆ ਹੈ। ਕਾਫੀ ਵਿਦਵਾਨਾਂ ਵੱਲੋਂ ਜਿਵੇਂ ਪ੍ਰੋਫੈਸਰ ਤੇਜਾ ਸਿੰਘ, ਖੁਸ਼ਵੰਤ ਸਿੰਘ, ਜਸਟਿਕ ਟੇਕ ਸਿੰਘ ਤੇ ਹੋਰ ਮਹਾਨ ਸ਼ਖਸੀਅਤਾਂ ਵੱਲੋਂ ਇਸ ਗ੍ਰੰਥ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਮਹਾਨ ਕੋਸ਼ ਨੂੰ ਯੁੱਗ ਦਾ ਮਹਾਨ ਗ੍ਰੰਥ ਦੱਸਿਆ ਗਿਆ। ਇਹਨਾਂ ਸਾਰੇ ਵਿਦਵਾਨਾਂ ਨੇ ਭਾਈ ਕਾਨ ਸਿੰਘ ਨਾਭਾ ਦੀ ਵਿਦਵਤਾ ਅਤੇ ਕਾਬਲੀਅਤ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਭਾਈ ਸਾਹਿਬ ਦੀ ਇਸ ਵਿੱਚ ਲਗਨ ਤੇ ਮਿਹਨਤ ਬਹੁਤ ਲੱਗੀ ਹੋਈ ਸੀ। ਅਗਰ ਗੱਲ ਕਰੀਏ ਹਿੰਦੀ ਦੇ ਮਹਾਨ ਕੋਸ਼ ਦੀ, ਜੋ ਕਿ 20 ਸਾਲਾਂ ਦੀ ਮਿਹਨਤ ਤੋਂ ਬਾਅਦ ਤਿਆਰ ਹੋਇਆ ਸੀ, ਜਿਸ ਨੂੰ ਤਿਆਰ ਕਰਨ ਦੇ ਲਈ ਬਾਬੂ ਸ਼ਾਮ ਸੁੰਦਰ ਦਾਸ, ਰਾਮ ਚੰਦਰ ਵਰਮਾ, ਲਾਲਾ ਭਗਵਾਨ ਦਾਸ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਦੇ ਸਹਿਯੋਗ ਦੇ ਨਾਲ 1,00,000 ਰੁਪਏ ਦੇ ਨਾਲ ਇੱਕ ਹਿੰਦੀ ਮਹਾਨ ਕੋਸ਼ ਜਿਹੜਾ ਸੀ ਤਿਆਰ ਹੋਇਆ ਸੀ। ਜਦਕਿ ਇਸ ਸਿੱਖ ਇਨਸਾਈਕਲੋਪੀਡੀਆ ਨੂੰ ਭਾਈ ਸਾਹਿਬ ਨੇ ਆਪਣੇ ਇਕੱਲਿਆਂ ਦੀ ਮਿਹਨਤ ਦੇ ਨਾਲ ਤਿਆਰ ਕੀਤਾ ਸੀ, ਕਿਉਂਕਿ ਇਸ ਗ੍ਰੰਥ ਨੂੰ ਛਪਾਉਣ ਲਈ ਜੋ ਲੋੜੀਂਦੇ ਪੈਸੇ ਚਾਹੀਦੇ ਸਨ ਉਹ ਭਾਈ ਸਾਹਿਬ ਕੋਲੇ ਨਹੀਂ ਸਨ। ਤਾਂ ਇਸ ਕਰਕੇ ਇਸ ਗ੍ਰੰਥ ਨੂੰ ਛਪਾਉਣ ਲਈ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਅੰਤ ਨੂੰ ਪਟਿਆਲਾ ਦਰਬਾਰ ਨੇ 1930 ਈਸਵੀ ਵਿੱਚ 51,000 ਰੁਪਇਆ ਖਰਚ ਕੇ ਸਰਕਾਰੀ ਦਰਬਾਰੇ ਚੋਂ ਇਸ ਨੂੰ 4 ਜਿਲਦਾਂ ਦੇ ਵਿੱਚ ਛਪਵਾਇਆ। ਉਸ ਸਮੇਂ ਇਸ ਦੇ ਕੁੱਲ ਪੰਨੇ 3,338 ਸੀ। 1960 ਈਸਵੀ ਦੇ ਵਿੱਚ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਇਸ ਦੀ ਛਪਵਾਈ ਜਿਹੜੀ ਸੀ ਉਹ ਦੁਬਾਰਾ ਕਰਵਾਈ ਗਈ, ਤਾਂ ਇਸ ਸਾਰੇ ਮਹਾਨ ਕੋਸ਼ ਨੂੰ 835 ਸਫ਼ਿਆਂ ਦੇ ਵਿੱਚ ਸਮੇਟ ਦਿੱਤਾ ਗਿਆ। ਇਹਨਾਂ ਸਾਰੀਆਂ ਰਚਨਾਵਾਂ ਜੋ ਭਾਈ ਸਾਹਿਬ ਨੇ ਰਚੀਆਂ ਸਨ, ਇਸ ਦੀ ਇੱਕ ਗੱਲ ਇਹ ਸੀ ਕਿ ਇਸ ਦੀ ਲਿਪੀ ਤਾਂ ਗੁਰਮੁਖੀ ਸੀ, ਪਰ ਇਸਦਾ ਮਾਧਿਅਮ ਪੰਜਾਬੀ ਨਹੀਂ ਸੀ। ਸਾਰੀਆਂ ਜਾਂ ਕਹਿ ਲਓ ਕਿ ਜ਼ਿਆਦਾਤਰ ਜਿਹੜੀਆਂ ਰਚਨਾਵਾਂ ਸੀ ਉਹ ਹਿੰਦੀ ਮਾਧਿਅਮ ਵਿੱਚ ਹੀ ਛਾਪੀਆਂ ਗਈਆਂ ਸਨ। ਅਗਰ ਇਹਨਾਂ ਸਾਰੀਆਂ ਰਚਨਾਵਾਂ ਨੂੰ ਪੜ੍ਹਿਆ ਜਾਵੇ ਤਾਂ ਸਿੱਖ ਧਰਮ ਦੇ ਬਾਰੇ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਸਿੱਖ ਧਰਮ ਦੇ ਵਿੱਚ ਕੀ ਕਰਮਕਾਂਡ, ਕੀ ਗੁਰਮਤ ਦੇ ਉਲਟਿਆ, ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਸਾਨੂੰ ਪੂਰਨ ਤੌਰ ਤੇ ਜਾਣਕਾਰੀ ਮਿਲਦੀ ਹੈ। ਇਹਨਾਂ ਰਚਨਾਵਾਂ ਦੇ ਵਿੱਚ ਭਾਈ ਸਾਹਿਬ ਨੇ ਕਰਮਕਾਂਡਾਂ ਦੇ ਖਿਲਾਫ਼ ਖੁੱਲ੍ਹ ਕੇ ਲਿਖਿਆ, ਤਾਂ ਇਹ ਗੱਲਾਂ ਭਾਈ ਸਾਹਿਬ ਦੀ ਨਿੱਜੀ ਜੀਵਨ ਦੇ ਵਿੱਚ ਵੀ ਲਾਗੂ ਹੁੰਦੀਆਂ ਸਨ। ਕਿਹਾ ਜਾਂਦਾ ਹੈ ਕਿ ਭਾਈ ਸਾਹਿਬ ਜਾਤ ਪਾਤ ਦੇ ਵਿੱਚ ਭੋਰਾ ਵੀ ਵਿਸ਼ਵਾਸ ਨਹੀਂ ਸੀ ਰੱਖਦੇ। ਇੱਥੋਂ ਤੱਕ ਕਿ ਭਾਈ ਸਾਹਿਬ ਨੇ ਆਪਣੇ ਮੁੰਡੇ ਭਗਵੰਤ ਸਿੰਘ ਦਾ ਵਿਆਹ ਅਰੋੜਾ ਖਾਨਦਾਨ ਦੀ ਲੜਕੀ ਹਰਨਾਮ ਕੌਰ ਦੇ ਨਾਲ ਕੀਤਾ, ਤਾਂ ਜੋ ਲੋਕਾਂ ਦੇ ਵਿੱਚ ਸੰਦੇਸ਼ ਵਧੀਆ ਤਰੀਕੇ ਦੇ ਨਾਲ ਜਾ ਸਕੇ। ਮਨਮਤੀਆਂ ਦੇ ਵਿਰੁੱਧ ਸਿਰਫ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਹੀ ਨਹੀਂ ਲਿਖਿਆ, ਜਦਕਿ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਜਦ ਕਿਤੇ ਵੀ ਕਰਮਕਾਂਡਾਂ ਦਾ ਵਿਰੋਧ ਕਰਨਾ ਹੁੰਦਾ ਸੀ ਤਾਂ ਸਭ ਤੋਂ ਸਾਹਮਣੇ ਉਹ ਖੁੱਲ੍ਹ ਕੇ ਆਉਂਦੇ ਸੀ। ਕਿਹਾ ਜਾਂਦਾ ਹੈ ਕਿ ਇੱਕ ਵਾਰੀ ਜਦੋਂ ਪ੍ਰਸ਼ਨ ਉੱਠਿਆ ਕਿ ਦਰਬਾਰ ਸਾਹਿਬ ਵਿੱਚ ਲੱਗੇ ਬੁੱਤਾਂ ਨੂੰ ਹਟਾਇਆ ਜਾਵੇ, ਤਾਂ ਬਿਨਾਂ ਕਿਸੇ ਡਰ ਤੋਂ ਭਾਈ ਕਾਨ ਸਿੰਘ ਨਾਭਾ ਨੇ ਹਾਮੀ ਭਰੀ ਸੀ, ਜਦਕਿ ਇਸ ਹਾਮੀ ਕਰਕੇ ਉਹਨਾਂ ਦਾ ਕਾਫੀ ਵਿਰੋਧ ਵੀ ਹੋਇਆ ਸੀ। ਆਪਣੇ ਇਸ ਅਣਮੁੱਲੇ ਯੋਗਦਾਨ ਦੇ ਕਰਕੇ ਭਾਰਤ ਸਰਕਾਰ ਨੇ 1932 ਈਸਵੀ ਨੂੰ ਭਾਈ ਕਾਨ ਸਿੰਘ ਨਾਭਾ ਨੂੰ ਸਰਦਾਰ ਬਹਾਦਰ ਦਾ ਅਵਾਰਡ ਵੀ ਦਿੱਤਾ ਸੀ। 24 ਨਵੰਬਰ 1938 ਈਸਵੀ ਨੂੰ ਭਾਈ ਕਾਨ ਸਿੰਘ ਨਾਭਾ ਸੰਸਾਰਿਕ ਯਾਤਰਾ ਪੂਰੀ ਕਰਕੇ
इस संसार तो अकाल चलाना कर जाते हैं, पर उन्हां दी लिखिया रचनावां जिहड़ियां ने ओह रहिंदी दुनिया तक याद रखियां जाणगियां। सो इन्नी कु मेरी कोशिश सी कि भाई कान सिंह नाभा दे जीवन दे बारे संखेप जी जानकारी दित्ती जावे। सो मैं आस करदा कि मेरी ओह कोशिश तुहानूं वधिया लगी होवेगी। मिलदे हां अगली वीडियो दे नाल, धन्नवाद।